नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फेसबुक पेज को फॉलो करें। सर, गलबात हुई है कि 6:28 का टाइम सी, जस्ट असी सानू छुट्टी होने लगी सी, असी बाइक लैन आ लगे सी। जस्ट सर, नोवर्टी टाटा गुरदासपुर तो बोल रहा, मैं टाटा एजेंसी तो गल कर रहा। मैं उधर बंदा 120-130 की स्पीड से सी बंदा, तो उन्हें कहना कि मैं लैफ्ट नू टर्न करना सी, तो कहना मेरे को गलती ना इदा एक्सीडेंट हो गया। असी जो सर्च किया कि इन्हें नशा किया हो, ड्रिंक वगैरह पता नहीं की खादा, चिट्टा वगैरह पीता हो, ठीक है सर। सानू छुट्टी होने लगी सी, 4-5 बंदे जिन्हें भी ਸਾਡੇ ਸੇਲਸਮੈਨ ਆ ਜਾਂ ਸਟਾਫ ਹੈ ਸਾਰਾ ਇੱਥੇ ਆਉਣ ਲੱਗਾ ਸੀ। ਜੇ ਬਾਈ ਚਾਂਸ ਸਾਰੇ ਇੱਥੇ ਆ ਜਾਂਦੇ, ਗੱਡੀ ਉੱਪਰ ਚੜ੍ਹ ਜਾਂਦੀ, ਕੌਣ ਜ਼ਿੰਮੇਵਾਰ ਸੀ ਦੱਸੋ। ਚਲੋ ਜਾਨੀ ਨੁਕਸਾਨ ਨਹੀਂ ਹੋਇਆ ਸਾਰਾ, ਮਤਲਬ ਕਿ ਜੋ ਵੀ ਨੁਕਸਾਨ ਹੋਇਆ ਬਾਈਕਸ ਵਗੈਰਾ ਸਕੂਟੀ ਵਗੈਰਾ ਜੋ ਵੀ ਹੋਇਆ ਉਹ ਸਾਨੂੰ ਭਰ ਦਿੱਤਾ ਜਾਵੇ, ਅਸੀਂ ਇਹ ਮੰਗ ਕਰਦੇ ਹਾਂ। ਉਸ ਲੈ ਗਈ ਆ ਜਿਹੜਾ ਵੀ ਜ਼ਿੰਮੇਵਾਰ ਆ ਗੱਡੀ ਵਾਲਾ, ਉਹਨੂੰ ਲੈ ਗਏ ਆ ਥਾਣੇ ਚੁੱਕ ਕੇ। ਬਸ ਅਸੀਂ ਥੱਲੇ ਥਾਣੇ ਚੱਲੇ। ਧਮਕੀ ਦਿੱਤੀ ਗਈ ਆ ਨੂੰ, ਇਹਦੇ ਨਾਲ ਦੇ ਜਿਹੜੇ ਸਾਥੀ ਸੀ ਬੰਦੇ ਉਹ ਕਹਿ ਰਹੇ ਕਿ ਕੱਟਾ ਕੱਢੋ, ਅਸੀਂ ਤੁਹਾਨੂੰ ਗੋਲੀ ਮਾਰ ਦੇਣੀ ਆ। ਇਹ ਕਿੱਦਾਂ ਦੀ ਧਮਕੀ ਦਿੱਤੀ ਜਾ ਰਹੀ ਹੈ? ਅਸੀਂ ਕਹਿੰਦੇ ਕਿ ਕਾਰਵਾਈ ਕੀਤੀ ਜਾਏ, ਸਖ਼ਤ ਤੋਂ ਸਖ਼ਤ ਕਾਰਵਾਈ ਇਹਦੇ ਸਾਥੀਆਂ 'ਤੇ ਵੀ ਕੀਤੀ ਜਾਏ, ਇਹ ਬੰਦੇ 'ਤੇ ਵੀ ਕੀਤੀ ਜਾਏ। ਭਾਅ ਜੀ, ਮੇਰਾ ਨਾਮ ਦੀਪਕ ਆ, ਮੈਂ ਇੱਥੇ ਐਜ਼ ਏ ਡਰਾਈਵਰ ਜੋਬ ਕਰਦਾ ਟਾਟਾ ਮੋਟਰ ਦੇ ਵਿੱਚ, ਅਤੇ ਭਾਅ ਜੀ ਆਪਣੇ ਸਤਨਾਮ ਸਕਿਉਰਟੀ ਗਾਰਡ ਆ ਇੱਥੇ ਆਪਣੇ, ਅਤੇ 120 ਦੀ ਸਪੀਡ 'ਤੇ ਗੱਡੀ ਆਈ ਆ ਮੋਟਰਸਾਈਕਲਾਂ ਦੇ ਉੱਤੇ ਨਾਲ ਆ, ਬਸ ਉਹ ਦਰਖਤ ਵੀ ਵੇਖੋ ਕੀ ਹਾਲ ਕੀਤਾ, ਦਰਖਤਾਂ ਦੇ ਉੱਤੇ ਚਾੜ੍ਹਤੀ ਆ, ਅਤੇ ਅੱਗੋਂ ਕਹਿੰਦਾ ਗਲਤੀ ਕੀ ਆ ਮੇਰੀ, ਡਰਿੰਕ ਕੀਤੀ ਆ ਇਹਨੇ। 5 ਮੋਟਰਸਾਈਕਲ ਜੇ, 2 ਵੱਡੇ ਮੈਨੇਜਰਾਂ ਦੇ, ਕੁਲਜੀਤ ਸਰ ਮੈਨੇਜਰ ਇੱਥੇ, ਰਘਵੀਰ ਸਰ ਆ ਸੇਲ ਐਗਜ਼ੈਕਟਿਵ, ਪੂਰੀ ਡੈਮੇਜ ਹੋਈ ਸਰ, ਤੁਹਾਡੇ ਸਾਹਮਣੇ ਆਈਆਂ ਵੇਖੋ ਸਰ। ਮੁਲਾਜ਼ਮਾਂ ਨੂੰ ਫੋਨ ਕੀਤਾ, 112 ਨੰਬਰ ਡਾਇਲ ਕੀਤਾ ਸੀ, ਸਰ ਹੁਣੀ ਆਏ ਆ, ਅਤੇ ਕਹਿੰਦੇ ਕਿ ਸਦਰ ਥਾਣੇ ਉਹਨੂੰ ਬਿਠਾ ਕੇ ਲੈ ਗਏ, ਗੱਡੀ ਦੇ ਵਿੱਚ ਅਗਲੀ ਕਾਰਵਾਈ ਕਰਾਂਗੇ, ਉੱਥੇ ਥਾਣੇ ਆ ਜਾਓ ਗੱਲ ਕਰਦੇ ਹਾਂ।